सतगुरु सहाय करू विनय सत गुरु आगे जिने पर तापे सुरत बहु जागे नाम है लड़ाया ध्यान लगाई तिले फोड़ हम दिया दिखाई साते गुरु चौथे पद से आई सुरत शब्द निज पद ठहराई जागी सुरत नीचे हुए अनुरागी करम धर्म सब दिया भुलाई मेरे करी जी मो पर साते गुरु कर कृपा निज घर दर्शाई निज घर दर्शाया साते गुरु प्यारे नाद बजे जहां झिल मिल कारी गोगी राज निज घर से आया कर कृपा सब जीव उभारी सत्साहे सतगुरु सहाय जब सतगुरु के दर्शन करती है पाप सब
ਸਾਹਮਣਾ ਉਹਦੇ ਅੰਦਰ ਅੰਦਿਸ਼ਤੀ ਹੋ ਜਾਂਦੀ ਹੈ ਜਦੋਂ ਜਿਉਂ ਜਿਉਂ ਸਾਹਮਣਾ ਸੁਣਦਾ ਹੈ ਫਿਰ ਜਬ ਵੀ ਨਾਮ ਹਿਰਦੇ ਮੇ ਧਾਰੇ ਦੇਵ ਪਾਪ ਦਾ ਨਾਣੀ ਜੈਸੇ ਜਿੰਦਾਰੀ ਯਾਦ ਬੜੀ ਗੁਨਾਹ ਨਹੀਂ ਕਰ ਜਿਸ ਵੇਲੇ ਨਾਮ ਜਿਹੜਾ ਅੰਦਰ ਹੈ ਮਾਲਕ ਸੱਚਾ ਪ੍ਰਭੂ ਦੀ ਸ਼ਕਤੀ ਵਿੱਚ ਆ ਕੇ ਨਾਮ ਮਿਲਦਾ ਹੈ ਉਸ ਨਾਮ ਦੇ ਸਿਮਰਨ ਦੇ ਵਿੱਚ ਇਤਨੀ ਸ਼ਕਤੀ ਹੈ ਕਿ ਸਾਡੇ ਸਭ ਪਾਪ ਦੇ ਕਰਨ ਜਿਹੜੇ ਵੀ ਕੱਟੇ ਜਾਂਦੇ ਪਾਣੀ ਨਾਲ ਤੇ ਸਰੀਰ ਦੀ ਮੈਲ ਚੁੱਕਦੀ ਹੈ ਔਰ ਅਗਰ ਗੰਦ ਲੱਗਾ ਹੈ ਤੇ ਉਹ ਸਾਬਣ ਲਾ ਕੇ ਧੋ ਲਈਦਾ ਲੇਕਿਨ ਹਰੀਏ ਮਤੀ ਪਾਪਾ ਕੇ ਸਾਥ ਉਹ ਜੋਪੇ ਨਾ ਨਹੀਂ ਦੇਣਾ ਜਪਤੀ ਲਿਖਿਆ ਹੈ ਜਿਹੜੀ ਅਸੀਂ ਮੱਤ ਆਪਣੀ ਖਰਾਬ ਕਰਨੀ ਹੈ ਔਰ ਆਤਮਾ ਜਨਮ ਜਨਮਾਂ ਤੋਂ ਨੌ ਦਰਵਾਜ਼ੇ ਮੱਤ ਦੇ ਸੰਗ ਵਿੱਚ ਬੈਠੀ ਹੋਈ ਹੈ ਇਹ ਜਿਹੜੇ ਪਾਪ ਕਰੀ ਜਾ ਰਹੇ ਹੈ ਇਹ ਕਿਸ ਤਰ੍ਹਾਂ ਤੋਂ ਬਣਗੇ ਕਿ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਬਣਗੇ ਸਤਿਗੁਰੂ ਆਪਣੀ ਸੰਗਤ ਦੇ ਵਿੱਚ ਆ ਕੇ ਜੀਵ ਨੂੰ ਕੁਛ ਤਾਂ ਕੁਛ ਬਣਾ ਦਿੰਦਾ ਔਰ ਸੰਗ ਵੀ ਆਦਮੀ ਨੂੰ ਕੁਛ ਤਾਂ ਕੁਛ ਬਣਾ ਦਿੰਦਾ ਇਨਸਾਨ ਦੇ ਵਿੱਚ ਬੜੀ ਸਾਰੀ ਖੂਬੀ ਹੈ ਕਿ ਅਗਰ ਉਹ ਕਿਸੇ ਦਾ ਅੱਛਾ ਸੰਗ ਕਰਦਾ ਹੈ ਤਾਂ ਉਸ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ ਔਰ ਅਗਰ ਬਾਈ ਚਾਂਸ ਉਹ ਸੰਗ ਵਿੱਚ ਪੈ ਜਾਏ ਉਹ ਵੀ ਬਣ ਜਾਂਦਾ ਹੈ ਗੋਟਾ ਆਪਣੇ ਛੱਡ ਦਿੰਦਾ ਹੈ ਔਕੜ ਪਕੜ ਲੈਂਦਾ ਹੈ ਪਾਰ ਬ੍ਰਹਮ ਪਰਮੇਸ਼ਵਰ ਸੋਚਦਾ ਹੈ ਉਹ ਜਿਹੜਾ ਸਤਿਗੁਰੂ ਹੈ ਪਾਰ ਬ੍ਰਹਮ ਤੋਂ ਵੀ ਉੱਤੇ ਸੱਚਖੰਡ ਦੇ ਇਸਦਾ ਮਾਲਕ ਹੈ ਜਿਹੜਾ ਕਿ ਇੱਕ ਪਾਵਰ ਲੈ ਕੇ ਸੰਸਾਰ ਵਿੱਚ ਆਇਆ ਹੈ ਦੇ ਲੈ ਕੇ ਮੌਲਾ ਆਦਮੀ ਬਣ ਆਇਆ ਜੀ ਆਇਆ ਜਗ ਦੇ ਬਣ ਅਗਰ ਉਹ ਨਿਰਾਕਾਰ ਸ਼ਕਤੀ ਮਨੁੱਖ ਦੀ ਸ਼ਕਲ ਦੇ ਵਿੱਚ ਨਾ ਆਉਂਦੀ ਫਿਰ ਅਸੀਂ ਉਸਦੇ ਸਤਸੰਗ ਕਿਸ ਤਰ੍ਹਾਂ ਸੁਣ ਸਕਦੇ ਸੀ ਅੰਦਰ ਦਾ ਗਿਆਨ ਕਿਸ ਤਰ੍ਹਾਂ ਸੁਣ ਸਕਦੇ ਸੀ ਇਸ ਕਰਕੇ ਅਸੀਂ ਉਸ ਤਰ੍ਹਾਂ ਹੀ ਗਿਆਨ ਦੇ ਵਿੱਚ ਰਹਿ ਕੇ ਕਾਮ ਦੀ ਪੂਜਾ ਕਰੀ ਜਾਂਦੇ ਸੀ ਔਰ ਸਮਝਦੇ ਸੀ ਕਿ ਅਸੀਂ ਪਰਮਾਤਮਾ ਮੰਨਦੇ ਸੀ ਲੇਕਿਨ ਜਦ ਸੰਗਤ ਦੇ ਸੰਗ ਵਿੱਚ ਬੈਠੇ ਤੇ ਸਾਨੂੰ ਪਤਾ ਲੱਗਾ ਕਿ ਇਸ ਤੋਂ ਵੱਡੀ ਚੀਜ਼ ਹੈ ਕੋਈ ਜਿਹੜੀ ਕਿ ਆਪ ਸਰ ਜੁਗਾਸ ਸਰ ਸ਼ਕਤੀ ਲੈ ਕੇ ਆਏ ਨੇ ਇਸ ਦਾ ਸੰਗ ਮਨ ਤੋਂ ਛੁਡਾਉਣਾ